ਸਤਿ ਸ਼੍ਰੀ ਅਕਾਲ ਨਵੇਂ ਬਲੌਗ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਅਸੀਂ ਹਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਅੱਜ ਦੇ ਬਲੌਗ 'ਚ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਇੱਧਰ ਕਰਨਾਟਕਾ ਦੇ ਵਿੱਚ। ਹਜ਼ੂਰ ਸਾਹਿਬ ਤੋਂ ਇੱਥੋਂ 150 ਕਿਲੋਮੀਟਰ ਪੈਂਦਾ ਲਗਭਗ। ਸਵੇਰ ਦੇ 6 ਵਜੇ ਹੋਏ ਆ ਅਤੇ ਅਸੀਂ ਗੁਰਦੁਆਰਾ ਲੰਗਰ ਸਾਹਿਬ ਦੇ ਜਿਹੜਾ ਬਾਬਾ ਨਿਧਾਨ ਸਿੰਘ ਜੀ ਦਾ ਉਹਦੇ ਬਾਹਰ ਆ। ਇੱਥੇ ਟੈਂਪੂ ਟਰੈਵਲਰ ਵਗੈਰਾ ਇੱਥੋਂ ਮਿਲਦੇ ਆ ਅਤੇ ਇੱਥੋਂ ਜਾਂਦੇ 380 ਰੁਪਏ ਕਿਰਾਇਆ। ਬਾਕੀ ਨਾਲ ਨਾਲ ਤੁਹਾਨੂੰ ਐਕਸਪਲੇਨ ਕਰ ਦਾਂਗੇ ਵਲੌਗ ਦੇ ਵਿੱਚ ਵੀ ਕਿਵੇਂ ਕਿਵੇਂ ਇੱਥੋਂ ਜਿਹੜੇ ਟੈਂਪੂ ਟਰੈਵਲਰ ਮਿਲਦੇ ਆ, ਕਿੰਨੇ ਵਜੇ ਤੱਕ ਮਿਲਦੇ ਆ, ਕਿੰਨੀਆਂ ਸਵਾਰੀਆਂ ਬਣਦੀਆਂ। ਗੁਰਦੁਆਰਾ ਸਾਹਿਬ ਦੇ ਅੱਗੇ ਸਾਰੇ ਟੈਂਪੂ ਖੜ੍ਹੇ ਹੋਏ ਆ ਅਤੇ ਤੁਸੀਂ ਜਿਹੜਾ ਵੀ ਟੈਂਪੂ ਮਤਲਬ ਪਹਿਲਾਂ ਭਰ ਗਿਆ ਜਾਂ ਜਿਹਦੇ 'ਚ ਵੱਧ ਸਵਾਰੀਆਂ ਬੈਠੀਆਂ ਹੁਣ ਤੁਸੀਂ ਉਹ 'ਚ ਹੀ ਬੈਠ ਜਿਓ ਅਤੇ ਕਿਉਂਕਿ ਫਿਰ ਪੂਰਾ ਹੋ ਕੇ ਨਾ ਜਲਦੀ ਤੁਰ ਪੈਂਦਾ। ਕਈ ਵਾਰੀ ਇਹ ਮਤਲਬ ਲਾਰੇ ਲਾਈ ਜਾਂਦੇ ਆ ਵੀ ਇੰਨੀਆਂ ਸਵਾਰੀਆਂ ਆਉਂਦੀਆਂ ਜਾਂ ਤੁਸੀਂ ਬੈਠ ਜਾਓ ਅਤੇ ਉਹ ਗੱਲਾਂ 'ਚ ਤੁਸੀਂ ਨਾ ਆਇਓ ਤਾਂ ਨਾ ਹੀ ਮੈਨੂੰ ਲੱਗਦਾ ਪਹਿਲਾਂ ਬੁਕਿੰਗ ਕਰਨ ਦੀ ਵੀ ਲੋੜ ਨਹੀਂ ਕਿਉਂਕਿ ਦੁਸਹਿਰੇ ਦੇ ਟਾਈਮ ਹੋ ਸਕਦਾ ਤੁਸੀਂ ਤੁਹਾਨੂੰ ਪਹਿਲਾਂ ਬੁਕਿੰਗ ਕਰਨ ਦੀ ਲੋੜ ਪਵੇ ਉਦੋਂ ਕਿਉਂਕਿ ਸੰਗਤ ਜ਼ਿਆਦਾ ਹੁੰਦੀ ਹੈ। ਨਹੀਂ ਵੈਸੇ ਕੋਈ ਇੰਨੀ ਜ਼ਿਆਦਾ ਜ਼ਰੂਰਤ ਹੈ ਨਹੀਂ ਕਿ ਤੁਸੀਂ ਆਪਣਾ ਆਰਾਮ ਨਾਲ ਸਵੇਰੇ ਆਇਓ ਅਤੇ ਬੁਕਿੰਗ ਕਰਿਓ। 380 ਰੁਪਏ ਦਾ ਕਿਰਾਇਆ ਜਿਹਦੇ ਤੋਂ ਤੁਸੀਂ ਮਰਜ਼ੀ ਕਰ ਸਕਦੇ ਹੋ ਅਤੇ ਅਸੀਂ ਵੀ ਹੁਣ ਆਪਣਾ ਕੋਈ ਟੈਂਪੂ ਲੱਭਦੇ ਹਾਂ ਇੱਥੋਂ। ਇਹ ਬਾਹਰਲਾ ਪਾਸਾ ਗੁਰਦੁਆਰਾ ਲੰਗਰ ਸਾਹਿਬ ਦਾ ਅਤੇ ਬਾਬਾ ਨਿਧਾਨ ਸਿੰਘ ਜੀ ਦਾ ਅਤੇ ਇੱਥੇ ਇਹ ਸਾਰੀਆਂ ਗੱਡੀਆਂ ਖੜ੍ਹੀਆਂ ਆ ਭਰ ਰਿਹਾ ਅਤੇ ਟੈਂਪੂ ਅਤੇ ਅਸੀਂ ਇਹਦੇ ਵਿੱਚ ਬੈਠਣ ਲੱਗੇ ਹਾਂ। ਲਓ ਜੀ, ਅਤੇ ਸ਼ੀਟ ਸਾਨੂੰ ਮਿਲ ਗਈ, ਫਰੰਟ ਸ਼ੀਟ 'ਤੇ ਲੈ ਲਈ ਕਿਉਂਕਿ ਇਹਨਾਂ ਨੂੰ ਸਪੈਸ਼ਲ ਰਿਕੁਐਸਟ ਕੀਤੀ ਕਿ ਵਲੌਗ ਕਰਨਾ ਹੈਗਾ ਤਾਂ ਕਰਕੇ ਇਹਦੇ ਕੋਈ ਚਾਰਜ ਐਕਸਟਰਾ ਨਹੀਂ ਲਏ ਹੈਗੇ ਅਤੇ ਹੁਣ ਅਸੀਂ ਤੁਰਨ ਲੱਗੇ। ਇਹ ਆਪਣੇ ਨਾਲ ਦੀ ਸੰਗਤ ਹੈ, ਸਾਰਾ ਦਿਨ ਆਪਾਂ ਅੱਜ ਇਹਨਾਂ ਦੇ ਨਾਲ ਰਹਿਣਾ ਸਾਰੀ ਸੰਗਤ ਨਾਲ। ਸਤਿ ਸ੍ਰੀ ਅਕਾਲ। ਇਹ ਹੈ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਅਤੇ ਇਹ ਇਤਿਹਾਸਿਕ ਨਹੀਂ ਹੈਗਾ, ਇਹ ਸਿਰਫ ਰਸਤੇ 'ਚ ਦਮ ਲੈਣ ਲਈ ਬਣਾਇਆ ਗਿਆ ਇੱਕ ਅਤੇ ਜਿਵੇਂ ਲੰਗਰ ਪਾਣੀ ਛਕਣ ਲਈ ਕਿਉਂਕਿ ਦੂਰ ਦਾ ਸਫ਼ਰ ਹੈ ਵਿਦਰ ਕਰਨਾਟਕਾ ਦਾ, ਹੈ ਨਾ, ਤਾਂ ਕਰਕੇ ਬਾਬਾ ਬਲਵਿੰਦਰ ਸਿੰਘ ਜੀ ਜਿਹੜੇ ਉੱਥੇ ਸੇਵਾ ਕਰਦੇ ਆ ਬਾਬਾ ਨਿਧਾਨ ਸਿੰਘ ਦੇ, ਉਹਨਾਂ ਵੱਲੋਂ ਹੀ ਇੱਥੇ ਬਣਾਈ ਗਈ ਰਸਤੇ 'ਚ ਰਸ਼। ਇੱਥੇ ਲੰਗਰ ਪਾਣੀ ਦਾ ਪ੍ਰਬੰਧ ਹੁੰਦਾ ਅਤੇ ਸਵੇਰ ਦੇ 8 ਵਜੇ ਮਤਲਬ 2.25 ਘੰਟੇ 'ਚ ਅਸੀਂ ਇੱਥੇ ਪਹੁੰਚ ਗਏ ਹਾਂ। ਵਿਦਰ ਹਜੇ ਇੱਥੋਂ 100 ਕਿਲੋਮੀਟਰ ਤੋਂ ਉੱਪਰ ਹੈਗਾ ਅਤੇ 80 ਕਿਲੋਮੀਟਰ ਦਾ ਹੀ ਅਸੀਂ ਡਿਸਟੈਂਸ ਹੁਣ ਤੱਕ ਕੱਢ ਗਏ ਹਾਂ। ਹੁਣ ਆਪਾਂ ਅੰਦਰੋਂ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਦੇ। ਲੰਗਰ ਪਾਣੀ ਦਾ ਇੱਥੇ ਵਧੀਆ ਪ੍ਰਬੰਧ ਕੀਤਾ ਹੋਇਆ, ਰਿਹਾਇਸ਼ ਦਾ ਵੀ ਪ੍ਰਬੰਧ ਹੈ। ਜੇ ਤੁਸੀਂ ਰਸਤੇ ਜਾਂਦੇ ਮਤਲਬ ਆਪਣੇ ਸਾਧਨ 'ਤੇ ਤੁਸੀਂ ਰੁਕਣਾ ਤਾਂ ਇੱਥੇ ਰੁਕ ਸਕਦੇ ਹੋ। ਵੈਸੇ ਸਾਰੀਆਂ ਸੰਗਤਾਂ ਇੱਥੋਂ ਹੀ ਸਵੇਰ ਦਾ ਪ੍ਰਸ਼ਾਦਾ ਪਾਣੀ ਲੰਗਰ ਇੱਥੋਂ ਛਕਦੀਆਂ, ਅਸੀਂ ਵੀ ਹੁਣ ਇੱਥੇ ਲੰਗਰ ਛਕਾਂਗੇ। ਲੰਗਰ ਪਾਣੀ ਛਕ ਲਿਆ ਅਤੇ ਹੁਣ ਜਹਾਜ਼ ਦੀ ਸਵਾਰੀ ਕਰਦੇ ਹਾਂ। ਇਹ ਗੁਰਦੁਆਰਾ ਸਾਹਿਬ ਨੂੰ ਜਹਾਜ਼ ਵਾਲਾ ਗੁਰਦੁਆਰਾ ਵੀ ਕਹਿੰਦੇ ਆ ਪਿੰਡਾਂ ਵਾਲੇ ਆਪਣੇ। ਜੇ ਤੁਸੀਂ ਨਾ ਇੱਥੇ ਦੀਵਾਲੀ ਤੋਂ ਬਾਅਦ ਆਉਣਾ ਤਾਂ ਆਪਣੀ ਹਲਕੀ ਜਿਹੀ ਕੋਈ ਫਲੀਸ ਜਾਂ ਜੈਕਟ ਨਾਲ ਲੈ ਕੇ ਆਇਓ ਕਿਉਂਕਿ ਸਵੇਰੇ ਸ਼ਾਮ ਦੀ ਠੰਡ ਹੁੰਦੀ ਹੈ ਯਾਰ। ਅਸੀਂ ਸਵੇਰੇ 6 ਵਜੇ ਨਿਕਲੇ ਸੀਗੇ ਅਤੇ ਸਵੇਰੇ ਤੁਰਨ ਲੱਗੇ ਤਾਂ ਨਹੀਂ, ਪਰ ਰਸਤੇ 'ਚ ਜਦੋਂ ਟੈਂਪੂ ਚੱਲਦਾ ਤਾਂ ਉਦੋਂ ਠੰਡ ਲੱਗਦੀ ਹੈ। ਅੱਜ ਆਪਣਾ 160 ਕਿਲੋਮੀਟਰ ਦਾ ਇੱਕ ਪਾਸੇ ਦਾ ਸਫ਼ਰ, ਇੱਕ ਪਾਸੇ ਦਾ ਨਾ ਟੋਟਲ 350 ਕਿਲੋਮੀਟਰ ਦੇ ਨੀਅਰ ਅਬਾਊਟ ਆਪਾਂ ਅੱਜ ਟਰੈਵਲ ਕਰਨਾ, ਜਿਹਦੇ 'ਚ 4 ਗੁਰਦੁਆਰਾ ਸਾਹਿਬ ਆਪਾਂ ਦੇਖਣੇ ਆ। ਇੱਕ ਤਾਂ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਸੰਬੰਧਿਤ ਹੈਗਾ ਅਤੇ ਦੂਸਰਾ ਹੈਗਾ ਮਾਈ ਭਾਗੋ ਨਾਲ ਸੰਬੰਧਿਤ ਹੈ ਅਤੇ ਤੀਸਰਾ ਗੁਰਦੁਆਰਾ ਸਾਹਿਬ 5 ਪਿਆਰੇ ਸਾਹਿਬ ਸਿੰਘ ਜੀ ਨਾਲ ਸੰਬੰਧਿਤ ਅਤੇ ਚੌਥਾ ਗੁਰੂ ਨਾਨਕ ਦੇਵ ਜੀ ਨਾਲ ਜਿਹੜਾ ਨਾਨਕ ਝੀਰਾ ਬਿਦਰ ਦੇ ਵਿੱਚ ਕਰਨਾਟਕਾ ਦੇ ਵਿੱਚ ਹੀ। 3 ਗੁਰਦੁਆਰਾ ਸਾਹਿਬ ਆਪਾਂ ਨੂੰ ਕਰਨਾਟਕਾ ਦੇ ਵਿੱਚ ਪੈਣਗੇ ਅਤੇ 1 ਗੁਰਦੁਆਰਾ ਸਾਹਿਬ ਪਊਗਾ ਆਪਾਂ ਨੂੰ ਮਹਾਰਾਸ਼ਟਰਾ ਦੇ ਵਿੱਚ ਅਤੇ ਹੁਣ ਆਪਾਂ ਪਹਿਲੇ ਪੜਾਅ 'ਤੇ ਪਹੁੰਚ ਗਏ। ਲਓ ਜੀ, ਖੁਸ਼ੀ ਹੁੰਦਾ ਹੁਣ ਆਪਾਂ ਜਹਾਜ਼ 'ਚ ਬਿਠਾਉਣ ਲੱਗੇ ਹਾਂ। ਇਹ ਤਾਂ ਚੱਲੀ ਬੋਰਡ ਕਰ ਖੁਸ਼ੀ ਤੂੰ ਤਾਂ। ਇਹ ਜਹਾਜ਼ ਕੋਠੇ 'ਤੇ ਖੜਾਇਆ ਹੋਇਆ ਛੱਤ 'ਤੇ ਅਤੇ ਇਹਦੀ ਕੋਈ ਟਿਕਟ ਨਹੀਂ, ਬਿਨਾਂ ਟਿਕਟ ਤੋਂ ਚੜ੍ਹ ਸਕਦੇ ਹਾਂ ਅੱਜ। ਖੁਸ਼ੀ ਉੱਪਰ ਸਿਰ ਨਾ ਮਰਾ ਲਈ ਜਹਾਜ਼ 'ਚ ਲੱਗਦਾ ਸਿਰ। ਹਾਏ ਰੱਬਾ, ਮੈਂ ਮਰ ਜਾ, ਇੱਡਾ ਜਹਾਜ਼ ਮੈਂ ਤਾਂ ਪਹਿਲੀ ਵਾਰੀ ਦੇਖਿਆ। ਅੱਛਾ ਯਾਰ, ਚੜੀ ਨਹੀਂ ਖੁਸ਼ੀ ਕਦੇ ਤੋਂ? ਮੈਂ ਤਾਂ ਕਦੇ ਨਾ ਜਹਾਜ਼ ਦੇਖਿਆ ਨਾ ਜਹਾਜ਼ ਦੀ ਪਹੁੰਚ ਦੇਖੀ। ਚੱਲ ਫਿਰ ਆ ਜਾ ਵਿੱਚ ਚੜਾ ਕੇ ਲਿਆ। ਚੱਲ 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 ਚੱਲ, ਪਹੁੰਚ ਗਏ, ਲੰਘ ਜਾਊਗਾ ਅੰਦਰ। ਇਹਦੇ ਬਾਈ ਫੋਟੋਜ਼ ਵਗੈਰਾ ਲੱਗੀਆਂ ਹੋਈਆਂ, ਇਤਿਹਾਸਿਕ ਇਤਿਹਾਸ ਨਾਲ ਸੰਬੰਧਿਤ ਫੋਟੋ ਹੈ ਅਤੇ ਵਧੀਆ ਯਾਦਗਾਰ ਸੰਭਾਲੀ ਹੋਈ ਸਿਲਾਈ। ਹਾਂ ਸਹੀ ਕਿਹਾ, ਕੁਛ ਮਿਊਜ਼ੀਅਮ ਦੀ ਤਰ੍ਹਾਂ ਹੈ।
ਇਹ ਜਿੰਨੇ ਟੈਂਪੂ ਟਰੈਵਲਰ ਖੜ੍ਹੇ ਆ ਨਾ, ਇਹ ਸਾਰੀ ਸੰਗਤ ਅੱਜ ਨਾਨਕ ਝੀਰਾ ਸਾਹਿਬ ਜਾਣ ਵਾਲੀ ਹੈ। ਰਸਤੇ 'ਚ ਇੱਧਰ ਉੱਧਰ ਕਰਕੇ ਮਿਲੀ ਜਾਂਦੇ ਰਹਿੰਦੇ, ਅਤੇ ਆਪਾਂ ਸਫ਼ਰ ਬਾਰੇ ਨਾ ਕੁਝ ਜ਼ਰੂਰੀ ਗੱਲਾਂ ਬਾਤਾਂ ਜਿਹੜੀਆਂ ਉਹ ਐਂਡ 'ਤੇ ਕਰਾਂਗੇ ਆਪਾਂ, ਲਾਸਟ 'ਚ ਵੀਡੀਓ ਦੇ ਅਖੀਰ 'ਤੇ ਵੀ ਕੀ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਜਾਣ ਵੇਲੇ। ਅਤੇ ਹੁਣ ਆਪਾਂ ਵੱਧਦੇ ਹਾਂ ਅਗਲੇ ਪੜਾਅ ਵੱਲ, ਅਤੇ ਸਾਰੀ ਸੰਗਤ ਆ ਗਈ ਅਤੇ ਆਪਾਂ ਚੱਲਦੇ ਹਾਂ ਅਗਲੇ ਗੁਰਦੁਆਰਾ ਸਾਹਿਬ। ਇਹ ਬਾਰਡਰ ਆ ਗਿਆ ਅਤੇ ਕਰਨਾਟਕਾ ਦੇ ਮਹਾਰਾਸ਼ਟਰ ਦਾ, ਉਹ ਸਾਹਮਣੇ ਲਿਖਿਆ ਹੋਇਆ ਬਾਰਡਰ ਪੁਲਿਸ। COVID-19 ਦਾ ਚੈੱਕਅਪ ਹੁੰਦਾ ਪਰ ਕੋਈ ਪੁੱਛਦਾ ਨਹੀਂ, ਇੱਥੇ ਬਿਨਾਂ ਹੀ ਲੰਘ ਸਕਦੇ। ਅਸੀਂ ਤਾਂ ਫਿਲਹਾਲ ਫੁੱਲੀ ਵੈਕਸੀਨੇਟਡ ਆ। ਤਕਰੀਬਨ 3 ਘੰਟਿਆਂ ਦੇ ਸਫ਼ਰ ਬਾਅਦ ਅਤੇ ਅਸੀਂ ਅਗਲੇ ਸਟੋਪ 'ਤੇ ਰੁਕੇ ਹਾਂ। ਇਹ ਜਨਵਾੜਾ ਪਿੰਡ ਹੈਗਾ। ਹੁਣ ਅਸੀਂ ਕਰਨਾਟਕਾ ਸਟੇਟ 'ਚ ਆ ਗਏ ਅਤੇ ਪਹਿਲਾਂ ਸੀਗੀ ਮਹਾਰਾਸ਼ਟਰ ਸਟੇਟ। ਅਤੇ ਇਹ ਗੁਰਦੁਆਰਾ ਸਾਹਿਬ ਮਾਤਾ ਭਾਗ ਕੌਰ ਦੀ ਯਾਦ ਦੇ ਵਿੱਚ ਬਣਿਆ ਹੋਇਆ। ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਇੱਥੇ ਮਾਤਾ ਭਾਗ ਕੌਰ ਜੀ ਹਜ਼ੂਰ ਸਾਹਿਬ ਤੋਂ ਆਏ ਸੀਗੇ 2 ਰਜਵਾੜਿਆਂ ਦੀ ਰੱਖਿਆ ਲਈ, ਅਤੇ ਉਹ ਆਪਣੇ ਅੰਤਮ ਸਮੇਂ ਤੱਕ ਇੱਥੇ ਰਹੇ ਹੈ। ਇੱਥੇ ਇਸੇ ਸਥਾਨ 'ਤੇ ਮਤਲਬ ਉਹਨਾਂ ਦਾ ਅੰਤਿਮ ਸਮਾਂ ਉਹਨਾਂ ਨੇ ਆਪਦਾ ਗੁਜ਼ਾਰਿਆ ਹੈਗਾ। ਅਤੇ ਹੁਣ ਆਪਾਂ ਅੰਦਰ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ। ਕਰਮ ਤਰਮ ਨਹੀਂ ਜਾਣਾ, ਦਇਆ ਕਰੋ ਨਾਨਕ ਗੁਣ ਗਾਵੇ, ਦਇਆ ਕਰੋ ਨਾਨਕ ਗੁਣ ਗਾਵੇ, ਮਿੱਠਾ ਲਗੇ ਤੇਰਾ ਪਾਣਾ, ਮਿੱਠਾ ਲਗੇ ਤੇਰਾ ਪਾਣਾ। ਗੁਰਦੁਆਰਾ ਨਾਨਕ ਝੀਰਾ ਸਾਹਿਬ ਇੱਥੋਂ 14 ਕਿਲੋਮੀਟਰ ਹੈ ਅਤੇ ਬੱਸ ਮਿਲਣਾ ਤਾਂ 1/2 ਘੰਟੇ ਦਾ ਸਾਡਾ ਹੋਰ ਸਫ਼ਰ ਹੈਗਾ। ਤਕਰੀਬਨ 6 ਘੰਟੇ ਲੱਗਣੇ ਸਾਨੂੰ ਪਹੁੰਚਣ ਦੇ ਵਿੱਚ ਅੱਜ। ਅਤੇ ਇਹ ਉਹੀ ਮਾਈ ਭਾਗੋ ਨੇ ਜਿਨ੍ਹਾਂ ਨੇ 40 ਮੁਕਤਿਆਂ ਦਾ, ਮਤਲਬ ਜਦੋਂ 40 ਸਿੰਘ ਬੇਦਾਵਾ ਲਿਖ ਕੇ ਆਏ ਸੀਗੇ, ਉਹਨਾਂ ਨੂੰ ਕਿਹਾ ਸੀਗਾ, ਉਹਨਾਂ ਨੂੰ ਮੰਗਾ ਰਿਹਾ ਸੀਗਾ ਕਿ ਤੁਸੀਂ ਚੂੜੀਆਂ ਪਾਓ, ਅਸੀਂ ਜੰਗ ਵਿੱਚ ਚੱਲੀਆਂ। ਉਹੀ ਮਾਈ ਭਾਗੋ ਫਿਰ ਇੱਥੇ ਆ ਕੇ ਰਹੇ ਨੇ ਗੁਰੂ ਸਾਹਿਬ ਨਾਲ, ਉਹ ਹਜ਼ੂਰ ਸਾਹਿਬ ਤੱਕ ਆਏ ਨੇ। ਹਜ਼ੂਰ ਸਾਹਿਬ ਤੋਂ ਫਿਰ ਇਹਨਾਂ ਨੇ ਅੰਤਿਮ ਸਮਾਂ ਆਪਦਾ ਇੱਥੇ ਗੁਜ਼ਾਰੇ। ਅਤੇ ਹੁਣ ਅਸੀਂ ਚੱਲੇ ਹਾਂ ਅਗਲੇ ਗੁਰਦੁਆਰਾ ਸਾਹਿਬ। ਸੰਗਤ ਸਾਰੀ ਆ ਗਈ, ਅਸੀਂ ਥੋੜ੍ਹਾ ਜਿਹਾ ਲੇਟ ਹੋ ਜਾਂਦੇ ਵਲੋਗ ਕਰਕੇ। ਮਾਤਾ ਭਾਗ ਕੌਰ ਦੇ ਗੁਰਦੁਆਰਾ ਸਾਹਿਬ ਤੋਂ 2 ਕਿਲੋਮੀਟਰ ਅੱਗੇ ਇੱਕ ਹੋਰ ਗੁਰਦੁਆਰਾ ਸਾਹਿਬ ਆਉਂਦਾ। ਇਹ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ, ਭਾਈ ਸਾਹਿਬ ਸਿੰਘ ਸੀ ਜਿਹੜੇ 5 ਪਿਆਰੇ ਸੀ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਹੈਗਾ। ਅਤੇ ਨਿਰਗੁਣ ਇਹ ਗੁਰਦੁਆਰਾ ਸਾਹਿਬ ਵੀ ਦਰਸ਼ਨ ਵਾਸਤੇ ਸਿਰਫ ਰਹਿਣ ਸਹਿਣ ਦਾ, ਇੱਥੇ ਕੁਛ ਹੋਰ ਜਾਂ ਲੰਗਰ ਬਾਣੀ ਦਾ ਪ੍ਰਬੰਧ ਨਹੀਂ ਹੈਗਾ। ਅਤੇ ਹੁਣ ਪਹੁੰਚਾਂਗੇ ਆਪਾਂ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ, ਅਤੇ 15 ਕੁ ਮਿੰਟ ਦਾ ਇੱਥੋਂ ਕਹਿੰਦੇ ਸਫ਼ਰ ਹੈ। ਸਵੇਰੇ 6 ਵਜੇ ਚੱਲੇ ਸੀ ਅਤੇ 12:30 ਵਜ ਗਏ ਹੈ। 12:30 ਵਜੇ ਗੁਰਦੁਆਰਾ ਨਾਨਕ ਝੀਰਾ ਸਾਹਿਬ ਪਹੁੰਚ ਗਏ ਹਾਂ। ਇਹ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ। ਗੁਰੂ ਸਾਹਿਬ ਆਪਣੀਆਂ ਉਦਾਸੀਆਂ ਦੌਰਾਨ ਇੱਥੇ ਆਏ ਸੀ। ਨਾਨਕ ਝੀਰੇ ਬਿਦਰ ਦੇ ਵਿੱਚ ਪੈਂਦਾ, ਕਰਨਾਟਕਾ ਸਟੇਟ ਹੈ। ਅਤੇ ਝੀਰਾ ਕੰਨੜ ਭਾਸ਼ਾ 'ਚ ਝੀਰਾ ਮਤਲਬ ਝਰਨਾ ਹੁੰਦਾ ਜਾਂ ਚਸ਼ਮਾ ਕਹਿ ਸਕਦਾ। ਅਤੇ ਇੱਥੇ ਪਾਣੀ ਮਿੱਠਾ ਨਿਕਲਿਆ ਸੀਗਾ ਇਤਿਹਾਸ ਦੇ ਅਨੁਸਾਰ। ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ। ਅਤੇ ਇੱਧਰ ਦੀ ਆਪਾਂ ਚੱਲਦੇ ਹਾਂ ਅੰਦਰ ਗੁਰਦੁਆਰਾ ਸਾਹਿਬ ਦੇ। ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜਿਹੜੀ ਬਹੁਤ ਜ਼ਿਆਦਾ ਖੁੱਲ੍ਹੀ ਹੈ ਅਤੇ ਬਹੁਤ ਜ਼ਿਆਦਾ ਜਗ੍ਹਾ ਹੈਗੀ ਗੁਰਦੁਆਰਾ ਸਾਹਿਬ ਕੋਲ। ਇੱਥੇ ਲੰਗਰ ਪਾਣੀ ਦਾ ਰਹਿਣ ਸਹਿਣ ਤੋਂ ਲੈ ਕੇ ਸਾਰਾ A to Z ਕੁੱਲ ਪ੍ਰਬੰਧ
ਅਤੇ ਦੇਖ ਰੇਖ ਉਹੀ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਜਿਹੜੇ ਹਜ਼ੂਰ ਸਾਹਿਬ ਬਾਬਾ ਨਿਧਾਨ ਸਿੰਘ ਦੇ ਸੇਵਾ ਸੰਭਾਲ ਕਰਦੇ ਆ ਅਤੇ ਉਹਨਾਂ ਦੇ ਅੰਡਰੀ ਆ ਇੱਥੇ ਉਹੀ ਇੱਥੇ ਸਾਰਾ ਦੇਖਦੇ ਹੈਗੇ ਸੇਵਾ ਦਾ। ਇਹ ਗੁਰਦੁਆਰਾ ਸਾਹਿਬ ਦਾ ਲੰਗਰ ਹੈ ਇੱਥੇ ਅਤੇ ਦੁਪਹਿਰ ਦਾ ਲੰਗਰ ਹੁਣ ਆਪਾਂ ਇੱਥੇ ਛਕਾਂਗੇ। ਇੱਕ ਘੰਟੇ ਦੀ ਇੱਥੇ ਸਟੇਅ ਹੈ ਸਾਡੀ, ਇੱਕ ਘੰਟੇ ਬਾਅਦ ਅਸੀਂ ਫਿਰ ਵਾਪਸੀ ਨੂੰ ਚਾਲੇ ਪਾਉਣੇ ਹਾਂ ਹਜ਼ੂਰ ਸਾਹਿਬ ਨੂੰ ਦੁਬਾਰਾ, ਅਤੇ ਸ਼ਾਮ ਨੂੰ 6 ਘੰਟੇ ਫਿਰ ਲੱਗਣਗੇ ਵਾਪਸ ਜਾਣ ਦੇ। ਅਤੇ ਘੰਟਾ ਹੁਣ ਸਾਡੇ ਕੋਲ ਇੱਥੇ ਹੈਗਾ, ਕੁਝ ਸੇਵਾ ਕਰ ਲਾਂਗੇ ਅਤੇ ਨਾ ਗੁਰਦੁਆਰਾ ਸਾਹਿਬ ਤੋਂ ਇਲਾਵਾ ਇੱਥੇ ਗੁਰੂ ਸਾਹਿਬ ਦੇ ਨਾਮ ਦੀ, ਗੁਰੂ ਨਾਨਕ ਦੇਵ ਦੇ ਨਾਮ ਦੀ ਇੱਕ ਗੁਰੂ ਨਾਨਕ ਹੋਸਪਿਟਲ ਅਤੇ ਇੱਕ ਗੁਰੂ ਨਾਨਕ ਸਕੂਲ, ਵੱਖ ਵੱਖ ਹੋਰ ਸ਼ਹਿਰ 'ਚ ਵੀ ਮਤਲਬ ਸੰਸਥਾਵਾਂ ਬਣੀਆਂ ਹੋਈਆਂ। ਨਾਨਕ ਗੁਣ ਗਾਵੇ ਦਇਆ ਕਰੋ, ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਪਾਣਾ, ਮਿੱਠਾ ਲੱਗੇ ਤੇਰਾ ਪਾਣਾ ਦਇਆ ਕਰੋ। ਨਾਨਕ ਗੁਣ ਗਾਵੇ ਦਇਆ ਕਰੋ, ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਪਾਣਾ, ਮਿੱਠਾ ਲੱਗੇ ਤੇਰਾ ਪਾਣਾ। ਰਾਤ ਦੇ 8 ਵੱਜ ਗਏ ਅਤੇ ਤਕਰੀਬਨ 13 ਘੰਟਿਆਂ ਬਾਅਦ, ਮੈਨੂੰ ਲੱਗਦਾ 13 ਘੰਟੇ ਲੱਗੇ ਪੂਰੇ ਸਫ਼ਰ ਦੇ, ਅਤੇ ਵਾਪਸ ਅਸੀਂ ਉਸ ਜਗ੍ਹਾ 'ਤੇ ਪਹੁੰਚ ਗਏ ਹਾਂ ਬਾਬਾ ਨਿਧਾਨ ਸਿੰਘ ਦੇ ਲੰਗਰ ਦੇ ਸਾਹਮਣੇ, ਜਿੱਥੋਂ ਅਸੀਂ ਸਵੇਰੇ ਇਹ ਆਪਣਾ ਟੈਂਪੂ ਟਰੈਵਲਰ ਲਿਆ ਸੀ। ਇੱਕ ਦੋ ਗੱਲਾਂ ਦਾ ਧਿਆਨ ਰੱਖਿਓ, ਜਿਹੜੀਆਂ ਮੇਨ ਇਹ ਗੱਲਾਂ ਮੈਂ ਕਰਨੀਆਂ, ਇੱਕ ਤਾਂ ਜਿਹੜਾ ਸੰਗਤ ਹੈ ਆਪਦੀ ਉਹ ਧਿਆਨ ਨਾਲ ਚੁਣਿਓ, ਕਿਉਂਕਿ ਯਾਰ ਸਾਨੂੰ ਅੱਜ ਜ਼ਿਆਦਾ ਟਾਈਮ ਪਤਾ ਕਿਹਦੇ ਕਰਕੇ ਲੱਗਿਆ, ਸੰਗਤ ਜਿਹੜੀ ਨਾਲ ਦੀ ਉਹ ਤੁਹਾਡੇ ਮਤਲਬ ਮੇਲ ਦੀ ਜਾਂ ਤੁਹਾਡੇ ਜਾਣ ਪਛਾਣ ਦੀ ਹੋਣੀ ਚਾਹੀਦੀ ਹੈ, ਕਿਉਂਕਿ ਅਸੀਂ ਜਲਦੀ ਕਈ ਵਾਰੀ ਵਾਪਸ ਆ ਜਾਂਦੇ ਸੀ ਹੈ ਨਾ, ਅਤੇ ਜਿਹੜੇ ਤੁਹਾਡੇ ਨਾਲ ਦੇ ਸੀ ਮਤਲਬ ਸਾਨੂੰ ਕਾਫੀ ਟਾਈਮ ਵੇਟ ਕਰਨਾ ਪੈਂਦਾ, ਅੱਧਾ ਅੱਧਾ ਘੰਟਾ ਅਸੀਂ ਖੜ੍ਹੇ ਰਹਿੰਦੇ ਵਲੋਗਿੰਗ ਕਰਦੇ ਸੀ, ਸਾਨੂੰ ਕੰਮ ਵੇਟ ਕਰਨਾ ਪੈਂਦਾ, ਅਤੇ ਮਤਲਬ ਇਹ ਗੱਲ ਦਾ ਧਿਆਨ ਰੱਖਿਓ, ਇਹ ਚੀਜ਼ਾਂ ਵੱਧ ਟਾਈਮ ਲਵਾਉਂਦੀਆਂ ਜਿਹਦੇ ਕਰਕੇ ਸਾਨੂੰ ਘੱਟੋ ਘੱਟ 2-2.5 ਘੰਟੇ ਵੱਧ ਲੱਗੇ ਹੈ ਨਾ, ਨਹੀਂ ਅਸੀਂ ਛੇਤੀ ਮੁੜੇ ਆਉਣਾ ਸੀ, ਅਸੀਂ 6 ਵਜੇ ਮੁੜੇ ਆਉਣਾ ਸੀ, ਹੁਣ ਸਾਨੂੰ 13 ਘੰਟੇ ਲੱਗ ਗਏ। ਅਤੇ ਦੂਸਰੀ ਗੱਲ ਇਹ ਹੈ, ਇੱਕ ਗੱਲ ਤੁਹਾਨੂੰ ਹੋਰ ਦੱਸਦਾ, ਜਿਹੜਾ ਟੈਂਪੂ ਟਰੈਵਲਰ ਹੈ ਉਹ ਪਹਿਲਾਂ ਨਾ ਬੁੱਕ ਕਰਿਓ, ਮੌਕੇ 'ਤੇ ਆ ਕੇ ਬੁੱਕ ਕਰਿਓ, ਸਵੇਰੇ ਦੇਖ ਕੇ ਕੰਡੀਸ਼ਨ ਦੇਖ ਕੇ ਉਹਦੀ ਹਾਲਤ ਦੇਖ ਕੇ, ਅਸੀਂ ਨਹੀਂ ਪਤਾ ਖਰਾਬ ਹੋ ਜਾਵੇ ਬਈ। ਅਤੇ ਦੂਜੀ ਗੱਲ ਇਹ ਹੈ, ਅਤੇ ਜਿਵੇਂ ਡਰਾਈਵਰ ਯਾਰ ਤੁਹਾਡੇ ਨਾਲ ਹੋ ਸਕਦਾ ਗੁਰਸਿੱਖ ਚੱਲਿਆ ਜਾਵੇ, ਉਹ ਤੁਹਾਨੂੰ ਇਤਿਹਾਸ ਵੀ ਨਾਲ ਨਾਲ ਦੱਸ ਸਕਦਾ ਹੈ ਨਾ। ਸਾਡੀ ਇਹ ਗੱਲ ਤਾਂ ਵੀ ਸਾਡੇ ਨਾਲ, ਜਿਵੇਂ ਇੱਥੋਂ ਦਾ ਅਸੀਂ ਲੋਕਲ ਭਈਆ ਸੀਗਾ, ਮਤਲਬ ਇਹਨਾਂ ਨੇ ਦਿਹਾੜੀ 'ਤੇ ਰੱਖਿਆ ਹੋਇਆ ਸੀ ਵੈਸੇ ਭੇਜਤਾ, ਅਤੇ ਜਿਹੜਾ ਨੌਨ ਗੁਰਸਿੱਖ ਹੁੰਦਾ ਜਿਵੇਂ ਸਾਡੇ ਨਾਲ ਸੀਗਾ ਹੈ ਨਾ, ਉਹਦੇ ਨਾਲ ਜ਼ਿਆਦਾ ਕੰਫਰਟੇਬਲ ਜਿਹਾ ਨਹੀਂ ਰਹਿੰਦਾ ਬੰਦਾ, ਅਤੇ ਬਸ ਇਹ ਗੱਲ ਹੈ, ਇਹ ਗੱਲ ਦਾ ਧਿਆਨ ਰੱਖਿਓ। ਅਤੇ ਮੌਕੇ 'ਤੇ ਆ ਕੇ ਬੁੱਕ ਕਰਿਓ, ਪਹਿਲਾਂ ਨਾ ਕਰਿਓ, ਪਹਿਲਾਂ ਕਰਨ ਦੀ ਕੋਈ ਲੋੜ ਨਹੀਂ। ਦੁਸਹਿਰੇ ਵੇਲੇ ਜੇ ਤੁਸੀਂ ਆਉਂਗੇ, ਦੀਵਾਲੀ ਮਤਲਬ ਜਦੋਂ ਰਸ਼ ਦਾ ਟਾਈਮ ਹੁੰਦਾ ਦੁਸਹਿਰੇ ਵੇਲੇ ਹੁੰਦਾ, ਉਦੋਂ ਪਹਿਲਾਂ ਬੁੱਕ ਕਰ ਸਕਦੇ ਹੋ। ਹੋਰ ਕੀ ਆ, 380 ਰੁਪਏ ਇਹਦਾ ਕਿਰਾਇਆ, ਘੱਟ ਨਹੀਂ ਵੱਧ ਨਹੀਂ ਹੈਗਾ, ਨਾ ਘੱਟ ਕਰਦੇ ਨਾ ਵੱਧ ਕਰਦੇ, 380 ਫਿਕਸ ਹੈਗਾ ਪਰ ਸਵਾਰੀਆਂ। ਅੱਜ ਦਾ ਇਹ ਵਲੌਗ ਸੀਗਾ, ਕੋਈ ਕੁਐਸਚਨ ਹੋਵੇ ਮਨ 'ਚ ਤਾਂ ਕਮੈਂਟ ਬਾਕਸ 'ਚ ਕਮੈਂਟ ਛੱਡ ਦਿਓ। ਕੀ ਸਫ਼ਰ ਵਧੀਆ ਲੰਘਿਆ, ਅਤੇ ਮਿਲਦੇ ਹਾਂ ਨਵੇਂ ਵਲੌਗ 'ਚ, ਅਤੇ ਤੁਸੀਂ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਹੋਰ ਵਧੀਆ ਵਧੀਆ ਵੀਡੀਓਜ਼ ਦੇਖਣ ਲਈ ਅਤੇ ਦਰਸ਼ਨ ਮੇਲੇ ਕਰ ਲਈ। ਤਦ ਤੱਕ ਅਸੀਂ ਚੱਲਦੇ ਹਾਂ ਅਤੇ ਲੰਗਰ ਪਾਣੀ ਛਕਦੇ ਹਾਂ। ਇਹ ਗੱਲ ਜ਼ਰੂਰੀ ਹੈ, ਜਿਹੜੀ ਖੁਸ਼ੀ ਨੇ ਗੱਲ ਕਹੀ ਹੈ ਅਤੇ ਧਿਆਨ ਦਿਓ, ਜ਼ਰੂਰੀ ਹੈ, ਅਤੇ ਅਸੀਂ ਚੱਲਦੇ ਹਾਂ, ਭੁੱਖ ਲੱਗੀ ਹੈ ਕਿਉਂਕਿ। ਬਾਏ ਬਾਏ।